ਸਤਿ ਸ੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਲਿਮਿਟਡ ਗਿਆਨ ਅਤੇ ਸੁਨੀਲ ਮੱਲਨ ਐਡਵੋਕੇਟ YouTube ਚੈਨਲ। ਦੋਸਤੋ, ਇੱਕ ਕੇਸ ਜਿਸ ਦੇ ਨਾਲ ਤੁਸੀਂ ਸਤੰਬਰ ਮਹੀਨੇ ਤੋਂ ਜੁੜੇ ਹੋਏ ਹੋ, ਗੱਲ ਕਰ ਰਹੇ ਹਾਂ ਹਰਚਰਨ ਮਰਡਰ ਕੇਸ ਦੀ। ਇਸ ਕੇਸ ਦੇ ਵਿੱਚ ਤਹਿ ਦਰ ਤਹਿ ਬਹੁਤ ਸਾਰੇ ਅਪਡੇਟ ਤੁਹਾਡੇ ਨਾਲ ਸਾਂਝੇ ਵੀ ਕੀਤੇ, ਬਹੁਤ ਸਾਰੀ ਕਾਰਵਾਈ ਵੀ ਹੋਈ, ਬਹੁਤ ਕੁਝ ਅਜਿਹਾ ਵੀ ਹੋਇਆ ਜੋ ਤੁਹਾਡੇ ਤੱਕ ਨਹੀਂ ਲੈ ਕੇ ਆਉਣ ਵਾਲਾ ਸੀ, ਉਹ ਤੁਹਾਡੇ ਤੱਕ ਨਹੀਂ ਲੈ ਕੇ ਆਏ। ਪਰ ਜਲਦ ਹੁਣ ਮੌਕਾ ਆ ਗਿਆ ਉਹ ਸਾਰਾ ਕੁਝ ਤੁਹਾਡੇ ਸਾਹਮਣੇ ਰੱਖਣ ਦਾ, ਕਿਉਂਕਿ ਕਹਿ ਸਕਦੇ ਹਾਂ ਕਿ ਹਰਚਰਨ ਮਰਡਰ ਕੇਸ ਦੇ ਵਿੱਚ ਇੱਕ ਵੱਡੀ ਹਿੱਲਜੁਲ ਹੋਈ ਹੈ। ਵੱਡੀ ਹਿੱਲਜੁਲ ਤੋਂ ਵੀ ਕਹਿ ਸਕਦੇ ਹਾਂ ਕਿ ਬਹੁਤ ਜਲਦ ਇੱਕ ਵੱਡੀ ਖਬਰ, ਇੱਕ ਵੱਡਾ ਧਮਾਕਾ ਹੋਣ ਵਾਲਾ, ਜਿਸ ਬਾਰੇ ਕਿ ਅੱਜ ਸਾਡੇ ਨਾਲ ਐਡਵੋਕੇਟ ਸੁਨੀਲ ਮੱਲਨ ਜੀ ਜੁੜੇ ਨੇ। ਸਭ ਤੋਂ ਪਹਿਲਾਂ ਤਾਂ ਵਕੀਲ ਸਾਹਿਬ, ਸਵਾਗਤ ਹੈ ਜੀ ਤੁਹਾਡਾ। ਸਤਿ ਸ੍ਰੀ ਅਕਾਲ ਜੀ, ਤੇ ਦਰਸ਼ਕਾਂ ਨੂੰ ਵੀ ਮੇਰਾ ਸਤਿ ਸ੍ਰੀ ਅਕਾਲ। ਇਸ ਤੋਂ ਪਹਿਲਾਂ ਕਿ ਵਕੀਲ ਸਾਹਿਬ ਨੂੰ ਤੁਹਾਡੇ ਰੂਬਰੂ ਕਰੀਏ, ਉਹ ਇਸ ਕੇਸ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ, ਸਾਰੇ ਜੁੜੇ ਸੱਜਣਾਂ ਨੂੰ ਇੱਕ ਬੇਨਤੀ ਕਰਨੀ ਚਾਹਾਂਗੇ ਕਿ ਬਹੁਤ ਜਲਦ ਹੁਣ ਹਰਚਰਨ ਕੇਸ ਦਾ ਕਹਿ ਸਕਦੇ ਹਾਂ ਨਤੀਜਾ ਜਾਂ ਇੱਕ ਵੱਡੀ ਹਿੱਲਜੁਲ, ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਿਸੇ ਵੀ ਸਮੇਂ ਹੋ ਸਕਦੀ ਹੈ। ਇਸ ਲਈ ਸੁਨੀਲ ਮੱਲਨ ਐਡਵੋਕੇਟ ਯੂਟਿਊਬ ਚੈਨਲ ਨੂੰ ਵੀ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਬੈਲ ਆਲ ਵਾਲੀ ਆਪਸ਼ਨ ਤੇ ਜ਼ਰੂਰ ਸਿਲੈਕਟ ਕਰ ਲਓ, ਤਾਂ ਕਿ ਇਹ ਨਾ ਹੋਵੇ ਕਿ ਖਬਰ ਤੁਹਾਡੇ ਤੋਂ ਮਿਸ ਹੋਵੇ ਜਾਂ ਫਿਰ ਦੇਰ ਬਾਅਦ ਤੁਹਾਨੂੰ ਮਿਲੇ, ਕਿਉਂਕਿ ਜਿਵੇਂ ਤੁਹਾਨੂੰ ਦੱਸ ਰਿਹਾ ਹਜੇ ਕਲੀਅਰ ਤੁਹਾਨੂੰ ਮੈਂ ਨਹੀਂ ਦੱਸ ਸਕਦਾ, ਵਕੀਲ ਸਾਹਿਬ ਤੁਹਾਡੇ ਨਾਲ ਗੱਲਬਾਤ ਕਰਨਗੇ। ਪਰ ਹਾਂ, ਤੁਹਾਨੂੰ ਇੰਨਾ ਇਸ਼ਾਰਾ ਜ਼ਰੂਰ ਦੇ ਦਿੰਦੇ ਹਾਂ ਕਿ ਬਹੁਤ ਜਲਦ ਹੁਣ ਇੱਕ ਵੱਡਾ ਅਪਡੇਟ ਤੁਹਾਡੇ ਨਾਲ ਸ਼ੇਅਰ ਹੋਵੇਗਾ। ਸੋ ਬਾਕੀ ਗੱਲਬਾਤ, ਬਾਕੀ ਸਾਰੀ ਜਾਣਕਾਰੀ ਵਕੀਲ ਸਾਹਿਬ ਤੋਂ ਲੈਂਦੇ ਹਾਂ। ਸਰ, ਕੀ ਅਪਡੇਟ ਹੈ ਜੀ ਹਰਚਰਨ ਮਰਡਰ ਕੇਸ ਦੇ ਵਿੱਚ ਜੀ? ਮੈਂ ਪਹਿਲਾਂ ਥੋੜੀ ਜਿਹੀ ਬੈਕਗ੍ਰਾਉਂਡ ਦੱਸ ਦਿੰਦਾ ਕਿ ਪਿਛਲੇ ਦਿਨਾਂ 'ਚ ਅਸੀਂ ਦੱਸਿਆ ਸੀਗਾ ਕਿ ਇਸ ਤਰ੍ਹਾਂ FIR ਦਰਜ ਹੋਈ ਮਾਤੋ ਟਾਂਡਾ ਜਿਹੜਾ ਪੁਲਿਸ ਥਾਣਾ ਸੀ ਉਹਨੇ ਉਹਦੇ ਵਿੱਚ ਡਾਕਟਰਾਂ ਨਾਲ ਰਲ ਕੇ ਡਾਕਟਰਾਂ ਨੇ ਗਲਤ ਰਿਪੋਰਟ ਬਣਾਈ ਸੀ। ਸੋ ਪਹਿਲੀ ਅਪਡੇਟ ਤੇ ਇਹ ਦੇ ਦਿੰਦਾ ਕਿ ਜਿਹੜੇ ਆਪਾਂ CMO ਦਫ਼ਤਰ ਗਏ ਸੀ, ਤੁਹਾਨੂੰ ਯਾਦ ਹੋਏਗਾ ਜਿਹਨਾਂ ਨੇ ਸਾਡੀ ਚਿੱਠੀ ਗਵਾਤੀ ਸੀ, ਉਹ ਡਿਪਾਰਟਮੈਂਟ, ਹਾਂ ਪੀਲੀਭੀਤ, ਉਸ ਡਿਪਾਰਟਮੈਂਟ ਚੋਂ ਵੀ ਇਨਕੁਆਇਰੀ ਖੁੱਲ ਗਈ ਹੈ ਔਰ ਦੋਨਾਂ ਜਿਹੜੇ ਮੈਡੀਕਲ ਆਫਿਸਰ ਸੀਗੇ ਜਿਹਨਾਂ ਨੇ ਪੋਸਟਮਾਰਟਮ ਕੀਤਾ ਸੀ ਉਹਨਾਂ ਦੋਨਾਂ ਨੂੰ ਜਵਾਬ ਦੇ ਪੁੱਛ ਲਿਆ ਗਿਆ ਵੀ ਦੱਸੋ ਵੀ ਤੁਸੀਂ ਮੇਰੀ ਚਿੱਠੀ ਦੇ ਉੱਤੇ ਜਿਹੜੇ ਜਵਾਬ ਦਿੱਤੇ ਸੀ ਉਹ ਜਵਾਬ ਮੰਗੇ ਗਏ ਨੇ। ਉਹਦੇ ਵਿੱਚ ਪਰੇਸ਼ਾਨੀ ਦਾ ਸਾਹਮਣਾ ਡੈਫੀਨੇਟਲੀ ਉਹਨਾਂ ਨੂੰ ਕਰਨਾ ਹੀ ਪੈਣਾ ਕਿਉਂਕਿ ਛੱਡ ਨਹੀਂ ਸਕਦੇ। ਉਹਦੇ ਉੱਤੇ 3 ਤੋਂ 5 ਡਾਕਟਰਾਂ ਦੀ ਕਮੇਟੀ ਬਣ ਚੁੱਕੀ ਹੈ, ਨੰਬਰ 1। ਨੰਬਰ 2 ਜਿਹੜੀ ਰੀਕ੍ਰੀਏਸ਼ਨ ਟੀਮ ਜਿਹੜੀ ਲਖਨਊ ਤੋਂ ਆਈ ਸੀ, ਰੀਕ੍ਰੀਏਸ਼ਨ ਟੀਮ, ਔਰ ਰੀਕ੍ਰੀਏਸ਼ਨ ਟੀਮ ਨੇ ਵੀ ਆਪਣੀ ਪੂਰੀ ਇਨਵੈਸਟੀਗੇਸ਼ਨ ਕੀਤੀ ਔਰ ਕਾਫੀ ਟਾਈਮ ਲਾਇਆ ਜਿਹਦੇ ਕਰਕੇ ਆਪਾਂ ਵੀ ਲਖਨਊ 2-3 ਚੱਕਰ ਲਾਏ ਨੇ ਔਰ ਮੈਂ ਸਪੈਸ਼ਲੀ ਗਿਆ ਜਾ ਕੇ ਜੋ ਵੀ ਸਵਾਲ ਜਵਾਬ ਸੀ ਅਸੀਂ ਉਹਨਾਂ ਸਵਾਲਾਂ ਦੇ ਜਵਾਬ ਦਿੱਤੇ ਨੇ, ਜੋ ਵੀ ਕੁਐਸਚਨ ਮਾਰਕ ਸੀ। ਇੱਥੇ ਤੁਹਾਨੂੰ ਰੋਕਣਾ ਚਾਹੂੰਗਾ ਇਸ ਤੋਂ ਪਹਿਲਾਂ ਕਿ ਤੁਸੀਂ ਅੱਗੇ ਆਪਣੇ ਅਪਡੇਟ ਸ਼ੇਅਰ ਕਰੋ, ਪਲੀਜ਼ ਜਿਹੜੇ ਦਰਸ਼ਕਾਂ ਨੂੰ ਨਹੀਂ ਪਤਾ ਰੀਕ੍ਰੀਏਸ਼ਨ ਟੀਮ ਕੀ ਸੀ, ਉਹਨਾਂ ਨੇ ਕੀ ਕੰਮ ਕਰਨਾ ਸੀ, ਪਲੀਜ਼ ਉਹ ਜ਼ਰੂਰ ਐਕਸਪਲੇਨ ਥੋੜਾ ਜਿਹਾ ਕਰ ਦਿਓ ਇਸ ਤੋਂ ਪਹਿਲਾਂ ਕਿ ਤੁਸੀਂ ਅੱਗੇ। ਇਸ ਤਰ੍ਹਾਂ ਕਿ ਜਦੋਂ ਵੀ ਇੱਕ ਮਰਡਰ ਹੋਇਆ, ਮਰਡਰ ਤੋਂ ਬਾਅਦ ਮਰਡਰ ਦੇ ਹਾਲਾਤ ਕੀ ਸੀ ਤੇ ਉਸ ਤੋਂ ਬਾਅਦ ਉੱਥੇ ਦੇਖਿਆ ਜਾਂਦਾ ਹੈ ਕਿ ਜਿਹੜਾ ਵੀ ਇਹ ਮਰਡਰ ਹੈ ਜਾਂ ਇਹ ਨੈਚੁਰਲ ਡੈਥ ਹੈ, ਸੁਸਾਈਡ ਹੈ, ਇਹ ਕੀ ਚੀਜ਼ ਹੈ, ਤੇ ਉਹਦੇ ਵਾਸਤੇ ਕੁਛ ਨਾ ਕੁਛ ਐਵੀਡੈਂਸ ਜਿਹੜੀ ਉੱਥੋਂ ਇਕੱਠੀ ਕੀਤੀ ਗਈ ਹੁੰਦੀ ਹੈ, ਉਹਦੇ ਹਾਲਾਤਾਂ ਦਾ ਜ਼ਿਕਰ ਕੀਤਾ ਜਾਂਦਾ ਔਰ ਉਹਨਾਂ ਹਾਲਾਤਾਂ ਨੂੰ ਦੇਖ ਕੇ ਉਹਦੇ ਤੇ ਇੱਕ ਰਿਪੋਰਟ ਬਣਾਈ ਜਾਂਦੀ ਹੈ ਕਿ ਹਾਲਾਤ ਕੀ ਦੱਸਦੇ ਨੇ ਕਿ ਉਸ ਬੋਡੀ ਨਾਲ, ਉਸ ਜਿਹੜੀ ਲਾਸਟ ਬੋਡੀ ਸੀ ਉਹਦੇ ਨਾਲ ਕੀ ਕੁਛ ਹੋਇਆ ਹੋਏਗਾ। ਸੋ ਉਹਦੇ ਤੇ ਜਿਹੜੀ ਇੱਕ ਐਕਸਪਰਟ ਟੀਮ ਆਉਂਦੀ ਹੈ, ਜਿਹੜੇ ਮੈਡੀਕਲ ਲੀਗਲ ਐਕਸਪਰਟ ਹੁੰਦੇ ਨੇ, ਉਹ ਲੋਕ ਆ ਕੇ ਆਪਣੀ ਰਿਪੋਰਟ ਦਿੰਦੇ ਔਰ ਉਹਦੇ ਵਿੱਚ ਆਪਣੀਆਂ ਜੋ ਵੀ ਫਾਈਂਡਿੰਗਸ ਹੁੰਦੀਆਂ ਨੇ ਉਹ ਫਾਈਂਡਿੰਗ ਦੱਸਦੇ ਨੇ ਵੀ ਇਹ ਕੀ ਹੋਇਆ ਹੋ ਸਕਦਾ ਜਾਂ ਅਸਲੀਅਤ ਕੀ ਹੋ ਸਕਦੀ ਹੈ, ਪੋਸੀਬਿਲਟੀਜ਼ ਕੀ ਨੇ ਤੇ ਕਿਆ ਜੋ ਦਰਸਾਇਆ ਗਿਆ ਉਹੋ ਹੀ ਹੈ ਜਾਂ ਉਹ ਤੋਂ ਫਰਕ ਹੈ। ਸੋ ਉਹਨਾਂ ਚੀਜ਼ਾਂ ਦੇ ਉੱਤੇ ਉਹ ਸਾਰੀ ਟੀਮ ਜਿਹੜੀ ਹੈ ਉਹ ਕੰਮ ਕਰਦੀ ਹੈ, ਕਾਫੀ ਐਕਸਪਰਟ ਹੁੰਦੇ ਨੇ, ਸੀਨੀਅਰ ਡਾਕਟਰ ਟੀਮ ਹੁੰਦੀ ਹੈ। ਸੋ ਜਦੋਂ ਉੱਥੇ ਆਈ ਵੀ ਸੀ ਉਹ ਟੀਮ, ਉਸ ਵੇਲੇ ਵੀ ਉਹਨਾਂ ਨੇ ਪਰਿਵਾਰ ਨਾਲ ਰਾਬਤਾ ਕਾਇਮ ਕੀਤਾ, ਪੁੱਛਿਆ, ਸਮਝਿਆ। ਪਰ ਇੱਥੇ ਵੀ ਮੈਂ ਯਾਦ ਕਰਾ ਦਿੰਦਾ ਕਿ ਆਪਾਂ ਆਪਣੇ ਪ੍ਰੋਗਰਾਮਾਂ 'ਚ ਦੱਸਿਆ ਸੀ ਉਸ ਸੱਚਾਈ ਵੀ ਹੋਈ ਹੈ ਕਿ ਉਹਦਾ ਚਾਚਾ ਕੁੜੀ ਦਾ ਘਰੋਂ ਗਾਇਬ ਸੀ ਉੱਧਰ, ਜਦੋਂ ਉਹਨੂੰ ਖਬਰ ਮਿਲੀ, ਇਹਦਾ ਮਤਲਬ ਉਹਨੂੰ ਖਬਰ ਮਿਲ ਗਈ ਵੀ ਉਹ ਆ ਰਿਹਾ ਕੋਈ ਜਾਣਾ ਤੇ ਉਹ ਭੱਜ ਗਿਆ। ਪਰ ਉੱਧਰ ਵੀ ਲੜਕੀ ਨੇ ਆਪਣੇ ਬਿਆਨ ਨਹੀਂ ਸੀ ਦੇ ਰਹੀ, ਫਿਰ ਜਦੋਂ ਉਹਦੇ ਤੇ ਪ੍ਰੈਸ਼ਰ ਪਾਇਆ ਗਿਆ ਤੇ ਉਸ ਤੋਂ ਬਾਅਦ ਉਹਨੇ ਬਿਆਨ ਦਿੱਤੇ ਲੜਕੀ ਨੇ ਆਪਣੇ। ਹਾਂਜੀ, ਸੋ ਅਪਡੇਟ ਬਹੁਤ ਜਲਦੀ, ਮਤਲਬ ਮੈਂ ਕਲੀਅਰ ਦੱਸ ਦਿੰਦਾ ਕਿ ਕਿਸੇ ਵੀ ਹੋ ਸਕਦਾ ਘੰਟੇ ਬਾਅਦ, ਹੋ ਸਕਦਾ ਕੱਲ, ਅੱਜ ਤੋਂ 2-4-5 ਦਿਨਾਂ ਦੇ ਅੰਦਰ ਅੰਦਰ ਕਿਸੇ ਦਿਨ ਵੀ ਅਸੀਂ ਤੁਹਾਨੂੰ ਖੁਲਾਸਾ ਕਰ ਦਿੰਦੇ ਹਾਂ ਵੀ ਅੱਜ ਕੀ ਹੋ ਗਿਆ,
ਕਿਉਂਕਿ ਜਿਹੜੀ ਉੱਥੋਂ ਜਿਹੜੀ ਟੀਮ ਸੀਗੀ ਰੱਬ ਲੱਗ ਰਿਹਾ ਤੁਹਾਡਾ ਈਓ ਵਿੰਗ ਗਏ ਸੀ ਆਪਾਂ ਕ੍ਰਾਈਮ ਬ੍ਰਾਂਚ ਗਏ ਸੀ ਜਿੱਥੇ ਹੈਲੀਕਾਪਟਰ ਖੜਾ ਸੀ ਉਹ ਕ੍ਰਾਈਮ ਬ੍ਰਾਂਚ ਵਾਲੀ ਸਾਰੀ ਟੀਮ ਚੇਂਜ ਹੋ ਚੁੱਕੀ ਹੈ ਅੱਛਾ ਜੀ ਮੇਬੀ ਡਿਊ ਟੂ ਇਲੈਕਸ਼ਨ ਸਾਰੀਆਂ ਚੇਂਜਿਸ ਆਈਆਂ ਜਾਂ ਕੀ ਰੀਜ਼ਨ ਹੋਇਆ ਰੱਬ ਜਾਣਦਾ ਬਟ ਉਹ ਟੀਮ ਚੇਂਜ ਹੋ ਚੁੱਕੀ ਹੈ ਉੱਥੇ ਨਵੇਂ ਦਰੋਗਾ ਨਵੇਂ ਬੰਦੇ ਆ ਗਏ ਨੇ ਉਹਨਾਂ ਦੀ ਬਦਲੀ ਹੋ ਗਈ ਆ ਉਹਨਾਂ ਦੀ ਥਾਂ ਤੇ ਦੂਸਰੇ ਸਰ ਆ ਗਏ ਨੇ ਉਹਨਾਂ ਦੀ ਵੀ ਡਿਟੇਲ ਮੇਰੇ ਕੋਲ ਕੱਲ ਤੱਕ ਆ ਜਾਣੀ ਹੈ ਔਰ ਜਿਹੜੀ ਵੱਡਾ ਖੁਲਾਸਾ ਮੈਂ ਤੁਹਾਨੂੰ ਇਹ ਦੇਣਾ ਚਾਹੁੰਦਾ ਕਿ ਜਿੱਥੋਂ ਤੱਕ ਮੈਨੂੰ ਸੂਚਨਾ ਮਿਲੀ ਹੈ ਜੋ ਕਿ ਕਾਫੀ ਹੱਦ ਤੱਕ ਸੱਚੀ ਹੈ ਕਿ ਜਿਹੜੀ ਲਖਨਊ ਵਾਲੀ ਟੀਮ ਹੈ ਉਹਨੇ ਆਪਣੀ ਰਿਪੋਰਟ ਸਬਮਿਟ ਕਰਤੀ ਹੈ ਅੱਛਾ ਜੀ ਔਰ ਉਸ ਰਿਪੋਰਟ 'ਚ ਬੜੇ ਅੱਛੇ ਖੁਲਾਸੇ ਸੋਚਣ ਮਤਲਬ ਸੁਣਨ ਨੂੰ ਮਿਲੇ ਨੇ ਹਲੇ ਉਹਦੀ ਕਨਫਰਮੇਸ਼ਨ ਜਾਂ ਪੁਸ਼ਟੀ ਮੈਂ ਅੱਜ ਨਹੀਂ ਕਰਨੀ ਉਹ ਚਾਰ ਦਿਨ ਰੁਕ ਜਾਈਏ ਕਰ ਦਿੱਤੀ ਜਾਏਗੀ ਔਰ ਉਮੀਦ ਕਰ ਰਹੇ ਹਾਂ ਕਿ ਵੱਡਾ ਬੰਬ ਡਿੱਗ ਗਿਆ ਹਵਾ 'ਚ ਹੈ ਬਸ ਡਿੱਗਣ ਵਾਲਾ ਥੋੜ੍ਹਾ ਜਿਹਾ ਰਹਿ ਗਿਆ ਫਰਕ ਔਰ ਸ਼ਾਇਦ ਆਪਾਂ ਭੱਜੀਏ ਜਾਈਏ ਆਪਾਂ ਫਿਰ ਪੀਲੀਭੀਤ ਪੂਰਨਪੁਰ ਤਿਆਰੀ ਰੱਖੋ ਧੁੰਦ ਬਹੁਤ ਹੈ ਦਿਨੇ ਦਿਨੇ ਸਫ਼ਰ ਕਰਾਂਗੇ ਕੀ ਕਰਾਂਗੇ ਦੇਖਦੇ ਹਾਂ ਰੱਬ ਜਾਣਦਾ ਸੋ ਕੋਈ ਨਾ ਕੋਈ ਸੂਚਨਾ ਮੈਂ ਉੱਧਰ ਪਰਿਵਾਰ ਨੂੰ ਵੀ ਐਕਟੀਵੇਟ ਕੀਤਾ ਦੁਬਾਰਾ ਮੇਰੀ ਕੱਲ੍ਹ ਵੀ ਅਤੇ ਅੱਜ ਵੀ ਗੱਲ ਹੋਈ ਹੈ ਅਤੇ ਇਸ ਮੁੱਦੇ 'ਚ ਤੁਸੀਂ ਦਰਸ਼ਕ ਯਕੀਨ ਕਰ ਸਕਦੇ ਦੇਰ ਜ਼ਰੂਰ ਲੱਗ ਰਹੀ ਹੈ ਕਿਉਂਕਿ ਇੱਕ ਬੜੇ ਸਿਆਣੇ ਸਾਡੇ ਮੇਰੇ ਦਰਸ਼ਕ ਨੇ ਮੈਨੂੰ ਲਿਖ ਕੇ ਭੇਜਿਆ ਸੀ ਜਿਹੜੇ ਕੁਛ ਬੇਵਕੂਫ ਕਹਿੰਦੇ ਸੀ ਨਾ ਜੀ ਵੀ ਹੋਣਾ ਤਾਂ ਕੁਛ ਨਹੀਂ ਹੈ ਸਿਰਫ ਪਬਲਿਸਿਟੀ ਕਰਦੇ ਪਏ ਮੈਂ ਤਾਂ ਸ਼ਰੇਆਮ ਕਹਿੰਦਾ ਮੈਂ ਪਬਲਿਸਿਟੀ ਕਰਦਾ ਪਿਆ ਤੁਹਾਡੇ 'ਚ ਦਮ ਹੈ ਤੁਸੀਂ ਕਰ ਲਓ ਫਿਰ ਇੱਕ ਸਿਆਣੇ ਮਿੱਤਰ ਸਾਡੇ ਨੇ ਦਰਸ਼ਕ ਨੇ ਇਹ ਲਿਖਿਆ ਸੀ ਵੀ ਜਿਹੜੀ ਡੋਰ ਹੁੰਦੀ ਨਾ ਡੋਰ ਉਹ ਤਾਂ ਸਿੱਧੀ ਸਿੱਧੀ ਪਿੰਨੇ 'ਤੇ ਲਪੇਟੀ ਹੋਵੇ ਤਾਂ ਠੀਕ ਰਹਿੰਦੀ ਹੈ ਪਰ ਜਦੋਂ ਉਹ 'ਚ ਗੁੰਝਲਾਂ ਪੈ ਜਾਣ ਜਦੋਂ ਤਾਣੀ ਉਹਨਾਂ ਨੇ ਸ਼ਬਦ ਲਿਖਿਆ ਵੀ ਜਦੋਂ ਤਾਣੀ ਉਲਝ ਜਾਵੇ ਨਾ ਤਾਂ ਉਹਨੂੰ ਸੁਲਝਾਉਣ ਨੂੰ ਸਮਾਂ ਲੱਗਦਾ ਸਹੀ ਗੱਲ ਹੈ ਸੋ ਇੰਨੇ ਬੜੇ ਮਹਿਕਮੇ ਇਨਵੋਲਵ ਇੰਨੇ ਬੜੀਆਂ ਟੀਮਾਂ ਇਨਵੋਲਵ ਇੰਨੇ ਬੜੇ ਲੋਕ ਇੰਨੇ ਬੜੇ ਦਿਮਾਗ ਇਨਵੋਲਵ ਮੈਂ ਹਰ ਘਰ 'ਚ ਇੱਕ ਗੱਲ ਦੱਸ ਦਿੰਦਾ ਕਿ ਚਾਰ ਜਾਣਿਆਂ ਦਾ ਇੱਕ ਮਤ ਨਹੀਂ ਹੁੰਦਾ ਘਰ 'ਚ ਮੰਮੀ ਡੈਡੀ ਹਸਬੈਂਡ ਵਾਈਫ ਅਤੇ ਬੱਚਿਆਂ ਦਾ 6 ਜਾਣੇ ਜੇ ਘਰ 'ਚ ਨੇ ਅਤੇ ਇੱਕ ਸਲਾਹ ਕਦੀ ਵੀ ਇਕੱਠੀ ਨਹੀਂ ਹੁੰਦੀ ਈਵਨ ਇਕੱਠੇ ਤਿਆਰ ਹੋ ਕੇ ਇੱਕ ਟਾਈਮ 'ਤੇ ਨਹੀਂ ਨਿਕਲ ਪਾਉਂਦੇ ਕੋਈ ਨਾ ਕੋਈ ਘਰ 'ਚ ਲੇਟ ਕਰਾਉਂਦਾ ਹੀ ਕਰਾਉਂਦਾ ਸੋ ਕਈ ਸਾਰੀਆਂ ਗੱਲਾਂ ਨੇ ਕਈ ਸਾਰੇ ਮੁੱਦੇ ਨੇ ਸੋ ਅਸੀਂ ਇਹ ਥੈਂਕਫੁਲ ਹਾਂ ਕਿ ਜਿਹੜੀ ਹੁਣ ਟੀਮ ਹੈ ਉਹਨੇ ਕੰਮ ਕੀਤਾ ਹੁਣ ਉਹਦੇ ਕੀ ਰਿਪੋਰਟਸ ਨੇ ਆਪਣੇ ਤੱਕ ਤਾਂ ਨਹੀਂ ਆਈਆਂ ਬਟ ਆ ਜਾਣਗੀਆਂ ਬਹੁਤ ਜਲਦੀ ਔਰ ਸਟੈਪ 1 ਮੈਂ ਕਹੂੰਗਾ ਕੰਪਲੀਟ ਹੋ ਗਿਆ ਸਟੈਪ 1 ਜਾਂ 2 ਦਿਨਾਂ 'ਚ ਕੰਪਲੀਟ ਹੋਣ ਵਾਲਾ ਔਰ ਸਟੈਪ 2, 3, 4 ਆਉਣ ਵਾਲਾ ਔਰ ਉਹ ਕਿਸੇ ਮੂਮੈਂਟ ਵੀ ਆ ਸਕਦਾ ਸਾਨੂੰ ਵੀ ਹੋ ਸਕਦਾ ਅਚਾਨਕ ਖਬਰ ਪਤਾ ਲੱਗੇ ਮਜਬੂਰੀ ਕਰਕੇ ਤੁਸੀਂ ਨਹੀਂ ਦੱਸ ਸਕਦੇ ਪਰ ਦਰਸ਼ਕ ਵੀ ਇਸ਼ਾਰਾ ਸਮਝ ਸਕਦੇ ਨੇ ਵੀ ਕੁਝ ਵੱਡਾ ਹੀ ਹੋਇਆ ਜਿਹਦੇ ਕਰਕੇ ਇੰਨੀ ਵੱਡੀ ਖਬਰ ਦੇਣ ਲਈ ਤੁਸੀਂ ਸਾਹਮਣੇ ਆਏ ਹੋ ਕਿ ਜੋ ਟੀਮ ਵੱਲੋਂ ਰਿਪੋਰਟ ਸਬਮਿਟ ਕੀਤੀ ਗਈ ਆ ਉਮੀਦ ਕਰਦੇ ਆ ਜੋ ਦਰਸ਼ਕਾਂ ਦੀਆਂ ਉਮੀਦਾਂ ਨੇ ਉਹ ਤੇ ਖਰੀ ਉਤਰੇਗੀ ਉਹ ਵੀ ਰਿਪੋਰਟ ਜੀ ਦੇਖੋ ਜੀ ਮੈਂ ਤਾਂ ਇਹੋ ਹੀ ਸੋਚ ਰਿਹਾ ਜੀ ਔਰ ਬਸ 2-4 ਦਿਨ ਦੇ ਦਿਓ ਉਹ ਰਿਪੋਰਟ ਦਾ ਵੀ ਖੁਲਾਸਾ ਕਰ ਦਾਂਗਾ ਵੀ ਉਸ ਰਿਪੋਰਟ 'ਚ ਕੀ ਹੈ ਕੀ ਫੇਵਰ ਹੋਈ ਹੈ ਜਾਂ ਕੀ ਸਾਡੇ ਤੋਂ ਡਿਸਫੇਵਰ ਹੋਈ ਹੈ ਸਾਡੇ ਨਾਲ ਉਹਨੂੰ ਵੀ ਬਚਿਆ ਜਾਏਗਾ ਬਚ ਕੇ ਜੇ ਉਹਦੇ 'ਚ ਕੋਈ ਓਬਜੈਕਸ਼ਨ ਹੋਏਗੀ ਤਾਂ ਡੈਫੀਨੇਟਲੀ ਦਿੱਤੀ ਜਾਏਗੀ ਬਟ ਮੈਨੂੰ ਲੱਗਦਾ ਨਹੀਂ ਹੈ ਆਪਣੀ ਫੀਲਿੰਗ ਦੱਸ ਰਿਹਾ ਕਿ ਮੈਨੂੰ ਲੱਗਦਾ ਨਹੀਂ ਹੈ ਕਿ ਉਹਦੇ 'ਚ ਕੁਛ ਗਲਤ ਹੋਏਗਾ ਜਾਂ ਨੈਗੇਟਿਵ ਹੋਏਗਾ ਕਿਉਂਕਿ ਦੇਖੋ ਹਰ ਬੰਦਾ ਕੰਟਰੀ 'ਚ ਵਿਖਾਊ ਨਹੀਂ ਹੈ ਹਾਂਜੀ ਕੰਟਰੀ ਸਾਡੀ ਬਹੁਤ ਚੰਗੀ ਹੈ ਪਰ ਹਰ ਬੰਦਾ ਇੱਥੇ ਵਿਖਾਊ ਨਹੀਂ ਹੈ ਡੈਫੀਨੇਟਲੀ ਟਾਈਮ ਲੱਗਦਾ ਹਰ ਚੀਜ਼ ਨੂੰ ਅਸੀਂ ਉੱਥੇ SSP ਸਰ ਨੂੰ ਵੀ ਮਿਲੇ ਸੀ SP ਸਾਹਿਬ ਨੂੰ ਔਰ ਹੁਣ ਫਿਰ ਤਿਆਰੀ ਆਪਣੀ ਇਕੱਠੇ ਚੱਲਦੇ ਹਾਂ ਜਲਦੀ ਔਰ ਕੁਛ ਵੱਡੀ ਖਬਰ ਦਿਆਂਗੇ ਔਰ ਪ੍ਰੋਮਿਸ ਪਹਿਲੇ ਦਿਨ ਵੀ ਲਾਇਆ ਸੀ ਅੱਜ ਫਿਰ ਦੁਬਾਰਾ ਦੱਸ ਦਿੰਦੇ ਹਾਂ ਕਿ ਹਰ ਚਰਨ ਨੂੰ ਇਨਸਾਫ਼ ਦਵਾਵਾਂਗੇ ਔਰ ਪਹਿਲਾ ਪੜਾਅ ਹੈ ਮੇਰਾ ਜਿਹੜਾ ਵੱਡਾ ਪਹਿਲਾ ਪੜਾਅ ਉਹ ਕਾਤਲਾਂ ਨੂੰ ਪਹਿਲਾਂ ਜੇਲ੍ਹ 'ਚ ਪਹੁੰਚਾਉਣਾ ਫਿਰ ਉਸ ਤੋਂ ਬਾਅਦ ਜੇ ਪਰਿਵਾਰ ਮੇਰਾ ਸਾਥ ਦੇਵੇਗਾ ਔਰ ਮੇਰੇ ਹਾਲਾਤ ਵੀ ਮੈਨੂੰ ਸਾਥ ਦੇਣਗੇ ਕਿਉਂਕਿ 700 ਕਿਲੋਮੀਟਰ ਦੂਰ ਜਾਣਾ ਕੇਸ ਕਰਨਾ ਵਾਪਸ ਆਉਣਾ ਮਹਿੰਗਾ ਸੌਦਾ ਹੈ ਟਾਈਮ ਐਨਰਜੀ ਬਹੁਤ ਕੁਛ ਪੈਸਾ ਹਰ ਚੀਜ਼ ਲੱਗਦੀ ਹੈ ਔਰ ਆਪਾਂ ਇਹ ਚੀਜ਼
अज तक मेरी जनता नूं पता है, तुहानूं वी पता है कि आपां कोलों पैसे ला के जांदे आ, ना ही उम्मीद करदे आ कि कोई सानूं दवे। हाँ मैं अपनी किताबां वास्ते बड़िया नूं रिक्वेस्ट कीती सी, दो चार सज्जनां ने मैसेज कीते ने, उस तों बाद कोई किसी ने पुछिया भी नहीं मैनूं कि किते भेजा। सो एनीवे मैनूं ऐसी कोई उम्मीद नहीं, मैं पैसे दूंगा तुहानूं, जिहड़ा वी कोई भैण भरा मैनूं आस्ट्रेलिया, न्यूजीलैंड, कैनेडा, अमेरिका ते यूरोप उत्थों दे लॉ दीआं किताबां मैनूं भेजना चाहवे, मैं डिटेल दस दांगा। पर फिलहाल मैं तुहानूं फिर दुबारा श्योरिटी दे रहा कि एनी मूवमेंट हुण तों, हो सकदा घंटे बाद, हो सकदा कल सवेरे, हो सकदा पंजां दिनां च, साडी कीती मेहनत रंग लिया रही है। और मैं श्योर हाँ कि तुहानूं कोई चंगी खबर देवांगा और कातल जिहड़े ने ਉਹ ਅਰੈਸਟ ਹੋ ਜਾਣਗੇ ਔਰ ਘਰੋਂ ਵੀ ਭੱਜਣਗੇ, ਬੜਾ ਕੁਛ ਹੋਏਗਾ। ਸੋ ਐਨੀਵੇ ਲਾਅ ਵਿਲ ਟੇਕ ਇਟਸ ਓਨ ਕੋਰਸ, ਕਾਨੂੰਨ ਆਪਣੇ ਤਰੀਕੇ ਨਾਲ ਚੱਲਦਾ ਹੈ, ਟਾਈਮ ਲੱਗੇਗਾ ਬਟ ਡੈਫੀਨੇਟਲੀ ਨਿਆਂ ਹੋਏਗਾ, ਸਾਹਮਣੇ ਆਏਗਾ ਔਰ ਸਾਡੇ ਛੋਟੇ ਵੀਰ ਹਰਚਰਨ ਨੂੰ ਪੂਰਾ ਇਨਸਾਫ ਦਵਾਵਾਂਗੇ, ਪੂਰਾ ਜ਼ੋਰ ਲਾਵਾਂਗੇ। ਔਰ ਮੈਂ ਪਰਿਵਾਰ ਦਾ ਵੀ ਥੈਂਕ ਯੂ ਕਰਦਾ ਕਿ ਉਹਨਾਂ ਨੇ ਵੀ ਸਬਰ ਰੱਖਿਆ ਹੈ। ਜਿੰਨੀ ਵਾਰੀ ਮੈਂ ਫੋਨ ਕੀਤਾ ਮੈਂ ਹੀ ਕਰਦਾ ਪਰਿਵਾਰ ਦਾ, ਮਤਲਬ ਜੇ ਮੈਂ 10 ਫੋਨ ਕਰਦਾ ਉਹਦਾ ਇੱਕ ਆਉਂਦਾ ਹੈ, ਅੱਗੋਂ ਕਹਿੰਦੇ ਕਿ ਵਕੀਲ ਸਾਹਿਬ ਸਾਨੂੰ ਭਰੋਸਾ ਹੈ ਕਿ ਤੁਸੀਂ ਕਰਦੇ ਪਏ ਹੋ ਕੰਮ, ਜਿੱਦਣ ਸਾਡੀ ਲੋੜ ਪਈ ਤੁਸੀਂ ਫੋਨ ਲਾ ਲੈਣਾ ਸਾਨੂੰ। ਸੋ ਪਰਿਵਾਰ ਵੀ ਉਹ ਜਿਹੜਾ ਯਕੀਨ ਹੈ ਨਾ ਭਾਜੀ, ਯਕੀਨ ਕਦੀ ਕਦੀ ਬਹੁਤ ਵੱਡਾ ਕੰਮ ਕਰ ਜਾਂਦਾ, ਜੋ ਕੰਮ ਕਾਗਜ਼ ਕਲਮ ਪੈਸਾ ਨਹੀਂ ਕਰਦਾ ਉਹ ਯਕੀਨ ਕੰਮ ਕਰ ਦਿੰਦਾ। ਉਹੀ ਸਰ ਸਭ ਤੋਂ ਵੱਡੀ ਗੱਲ ਹੈ ਯਕੀਨ ਜੀ, ਕਿਉਂਕਿ ਜਿਹੜਾ ਨੂੰ ਪਤਾ, ਜਿਹਨੂੰ ਸਮਝਦਾਰ ਹੈ ਜਾਂ ਜਿਹਨਾਂ ਨੂੰ ਪਤਾ ਤੁਹਾਡੇ ਕੰਮ ਕਰਨ ਦਾ ਵੇ, ਉਹ ਉਡੀਕ ਕਰ ਰਹੇ ਨੇ, ਕਿਉਂਕਿ ਲੋਕਾਂ ਨੂੰ ਸਮਝਦਾਰ ਨੂੰ ਪਤਾ ਕਿ ਜੋ ਆਪਣੀ ਮਾਨਯੋਗ ਅਦਾਲਤਾਂ ਨੇ ਉਹਨਾਂ ਤੇ ਕੰਮ ਦਾ ਕਿੰਨਾ ਪ੍ਰੈਸ਼ਰ ਹੈ। ਇਵਨ ਇੱਕ ਛੋਟਾ ਕੇਸ ਵੀ ਹੋਵੇ ਉਹਨੂੰ ਵੀ ਮਤਲਬ ਆਪਣੀ ਰਿਜ਼ਲਟ ਤੱਕ ਪਹੁੰਚਣ ਲਈ 2-3 ਸਾਲ ਦਾ ਸਮਾਂ ਮਾਮੂਲੀ ਜਿਹਾ ਲੱਗ ਜਾਂਦਾ, ਤਾਂ ਬਹੁਤ ਵੱਡਾ। ਅਦਾਲਤ ਤਾਂ ਹਲੇ ਕੇਸ ਪਹੁੰਚਿਆ ਨੀ, ਹਾਂਜੀ ਹਲੇ ਤੇ ਇਹ ਕੇਸ ਜਿਹੜਾ ਰਸਤੇ ਚ ਰਹਿ ਗਿਆ, ਹਲੇ ਤੇ ਥਲੜੀਆਂ ਜਿਹੜੀਆਂ ਏਜੰਸੀਆਂ ਸੀ ਉਹਨਾਂ ਨੇ ਉਲਝਾ ਲਿਆ ਜੋ ਕੁਛ ਕਰਨਾ ਲੱਗੀਆਂ ਦੇ। ਤੁਸੀਂ ਸਾਹਮਣੇ ਵੇਖ ਹੀ ਰਹੇ ਹੋ ਕਿ ਉਦੋਂ ਜਿੱਦਣ ਗਏ ਤੇ ਚਾਹ ਤੇ ਪਕੌੜੇ ਖਾ ਰਹੇ ਸੀ ਉਹ ਲੋਕ, ਉਹਨਾਂ ਕੋਲ ਸਾਡੀ ਫਾਈਲ ਦਾ ਪਤਾ ਹੀ ਨਹੀਂ ਸੀ ਫਾਈਲ ਕਿੱਥੇ ਗਈ। ਸਹੀ ਗੱਲ ਹੈ ਜੀ, ਹਲੇ ਤੇ ਜੇ ਆਪਾਂ ਉਦੋਂ ਮੀਡੀਆ ਦਾ ਪ੍ਰੈਸ਼ਰ ਪ੍ਰੋਪਰ ਨਾ ਹੋਵੇ, ਨਾਲ ਮੈਂ ਨਾ ਹੋਵਾਂ ਔਰ ਉਹਨਾਂ ਨੂੰ ਮੇਰੀ ਪਹਿਚਾਣ ਨਾ ਦੱਸੀ ਜਾਵੇ, ਉਹਨਾਂ ਨੇ ਤੇ ਉਦਣ ਵੀ ਘਰ ਤੋਰਤਾ ਸੀ ਸਾਨੂੰ। ਸਹੀ ਗੱਲ ਹੈ ਜੀ, ਅਸੀਂ ਉਦੋਂ ਨਵੇਂ ਸਿਰੇ ਨੰਬਰ ਲਵਾ ਕੇ ਉਹਨਾਂ ਨੂੰ ਦਿੱਤਾ ਵੀ ਇਹ ਦੱਸੋ ਤੇ ਕੀ ਕਾਰਵਾਈ ਕੀਤੀ ਹੈ, ਉਹਦੇ ਤੇ ਫਿਰ ਉਹ ਸ਼ਾਂਤ ਬੈਠੇ ਨੇ। ਸਹੀ ਗੱਲ ਹੈ ਜੀ। ਸੋ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਬੜੀਆਂ ਜ਼ਰੂਰੀ ਨੇ, ਇਹਨਾਂ ਨੂੰ ਸਮਝਣਾ ਜ਼ਰੂਰੀ ਹੈ। ਔਰ ਜਦੋਂ ਇੱਕ ਸਿਸਟਮ ਵਿਗੜਿਆ ਹੋਵੇ ਉਹਦੇ ਵਿੱਚੋਂ ਆਪਣਾ ਹੱਕ ਖੋਣਾ, ਹੱਕ ਲੈਣਾ ਬੜਾ ਔਖਾ ਹੈ। ਅਦਾਲਤਾਂ ਤੇ ਮੈਨੂੰ ਮਾਣ ਹੈ ਪਰ ਮੈਨੂੰ ਇਹ ਵੀ ਡਰ ਹੈ ਕਿ ਜਿਹੜੀਆਂ ਇਸ ਵੇਲੇ ਥੱਲੜੀਆਂ ਏਜੰਸੀਆਂ ਨੇ ਕੁਛ ਨਾ ਕੁਛ ਸ਼ਰਾਰਤ ਕਰਨਗੀਆਂ ਔਰ ਮਤਲਬ ਕੁਛ ਗਲਤ ਰਿਪੋਰਟਾਂ ਬਣ ਸਕਦੀਆਂ ਨੇ, ਆਪਾਂ ਉਹਨੂੰ ਵੀ ਵਾਚ ਕਰਾਂਗੇ ਪਰ ਕੋਸ਼ਿਸ਼ ਕਰਾਂਗੇ ਰਿਪੋਰਟਾਂ ਗਲਤ ਨਾ ਬਣਨ। ਇੱਕ ਐਗਜ਼ਾਮਪਲ ਮੈਂ ਦਿੰਦਾ, ਜਦੋਂ ਵੀ ਕਿਸੇ ਨੂੰ ਕਰੰਟ ਲੱਗਦਾ, ਹਾਂਜੀ, ਉਸ ਕਰੰਟ ਵਿੱਚ ਇਨ ਤੇ ਆਊਟ ਦੋ ਥਾਵਾਂ ਹੋਣੀਆਂ ਚਾਹੀਦੀਆਂ। ਹਾਂਜੀ ਹਾਂਜੀ, ਫੋਰ ਐਗਜ਼ਾਮਪਲ ਅਸੀਂ ਪੰਜਾਬੀ ਲੋਕ ਹਾਂ, ਸਰਦਾਰ ਲੋਕ ਹਾਂ, ਕੜਾ ਜ਼ਰੂਰ ਪਾਉਂਦੇ ਹਾਂ, ਤਾਂ ਵੀ ਆਪਣੇ ਲਾਹ ਕੇ ਰੱਖਿਆ ਇੱਧਰ ਸਾਈਡ ਤੇ ਆਊਟ। ਹਾਂਜੀ, ਅਕਸਰ ਅਸੀਂ ਕੜਾ ਪਾਇਆ ਹੁੰਦਾ ਆਪਣੇ ਹੱਥ 'ਚ, ਤੁਹਾਡੇ ਵੀ ਹੱਥ 'ਚ ਹੈਗਾ, ਹਰ ਪੰਜਾਬੀ ਦੇ ਹੱਥ 'ਚ 99% ਹੁੰਦਾ। ਹੋਰ ਕੋਈ ਵੀ ਮੈਟਲ ਪੂਰੀ ਬੋਡੀ 'ਚ ਕਿਤੇ ਵੀ ਹੈ ਤੇ ਜਦੋਂ ਵੀ ਵੇਖੋ ਮੇਰੀ ਇਸ ਹੱਥ 'ਚ ਵੀ ਕਰੰਟ ਲੱਗਾ ਨਾ, ਖੱਬੇ ਹੱਥ, ਸੱਜੇ ਹੱਥ 'ਚ ਪਾਈ ਹੈ ਮੁੰਦਰੀ ਤੇ ਇਹਦੇ ਮਾਸ ਦੇ ਵਿਚਕਾਰ ਚਿੰਗਾੜੇ ਨਿਕਲਣਗੇ, ਜਿਹਦੇ ਕਰਕੇ ਇੱਥੇ ਨਿਸ਼ਾਨ ਆਏਗਾ ਬਰਨ ਦਾ, ਕਿਉਂਕਿ ਬਿਜਲੀ ਨੇ ਇੱਥੋਂ ਆਊਟ ਜਾਣ ਦੀ ਕੋਸ਼ਿਸ਼ ਕੀਤੀ। ਇੱਕ ਵਾਰੀ ਹੱਥ 'ਚ ਕੜਾ ਪਾਇਆ ਹੋਏਗਾ ਤੇ ਇੱਥੇ ਰਾਊਂਡ ਬਰਨ ਦਾ ਨਿਸ਼ਾਨ ਆਉਣਾ ਚਾਹੀਦਾ, ਰਾਈਟ? ਸਿਰ 'ਚ ਅਸੀਂ ਕਿਸੇ ਵੇਲੇ ਕੋਈ ਮੈਟੈਲਿਕ ਕੰਘਾ ਫਸਾ ਕੇ ਰੱਖਦੇ ਹਾਂ ਜਾਂ ਕੁਛ ਵੀ ਕਰਦੇ ਹਾਂ, ਕਿਤੇ ਵੀ ਜਿੱਥੇ ਵੀ ਮੈਟਲ ਹੋਏਗਾ ਬੋਡੀ 'ਚ ਉੱਥੋਂ ਨਿਕਲੇਗਾ। ਮੋਬਾਈਲ ਫੋਨ ਵੀ ਇਲੈਕਟ੍ਰੀਕਲ ਕਰੰਟ ਜਿਹੜਾ ਹੈਵੀ ਕਰੰਟ ਹੈ ਉਹਨੂੰ ਕਿਸੇ ਵੇਲੇ ਲੈ ਲੈਂਦਾ, ਕਿਉਂਕਿ ਉਹਦੇ 'ਚ ਵੀ ਕੁਛ ਨਾ ਕੁਛ ਮੈਟਲ ਪਾਰਟਸ ਲੱਗੇ ਹੁੰਦੇ ਨੇ। ਸੋ ਹਰਚਰਨ ਦੀ ਬੋਡੀ 'ਤੇ ਐਸੇ ਕੋਈ ਆਊਟ ਦੇ ਨਿਸ਼ਾਨ ਨਹੀਂ ਮਿਲੇ, ਉਹਦੀ ਦੋਨਾਂ ਲੱਤਾਂ 'ਤੇ ਅੱਗੇ ਅਤੇ ਪਿੱਛੇ ਇੱਕੋ ਥਾਂ 'ਤੇ ਇੱਕੋ ਹੀ ਤਰ੍ਹਾਂ ਦਾ ਬਰਨ ਹੈ, ਫਿਰ ਬਲੈਕ ਵੂਡ ਵੂਡ ਦਾ ਕਲਰ, ਠੀਕ? ਔਰ ਇੱਥੋਂ ਤੱਕ ਵੀ ਪਤਾ ਲੱਗਦਾ ਕਿ ਪਹਿਲਾਂ ਮਾਰਿਆ
ਬਾਅਦ ਚੋਂ ਕਰੰਟ ਲਾਇਆ ਕਿ ਪਹਿਲਾਂ ਕਰੰਟ ਲੱਗਿਆ ਤੇ ਬਾਅਦ ਚੋਂ ਭਰਿਆ। ਸੋ ਕਈ ਸਾਰੀਆਂ ਚੀਜ਼ਾਂ ਇਸ ਰਾਜ ਨੂੰ ਖੋਲਣਗੀਆਂ ਔਰ ਉਸ ਤੋਂ ਬਾਅਦ ਡੈਫੀਨੇਟਲੀ ਜੇ ਹਲੇ ਵੀ ਪੁਲਿਸ ਨੇ ਕੁਛ ਵੱਡਾ ਨਾ ਕੀਤਾ ਫਿਰ ਅਸੀਂ ਮਾਨਯੋਗ ਅਦਾਲਤ ਦਾ ਸਹਾਰਾ ਲਵਾਂਗੇ ਐਂਡ ਹਾਈ ਕੋਰਟ ਮੂਵ ਕਰਨ ਦੀ ਤਿਆਰੀ ਮੈਂ ਤੁਹਾਨੂੰ ਦੱਸਿਆ ਸੀ ਮੈਂ ਕਰ ਰਿਹਾ ਜਦੋਂ ਮੈਂ ਲਖਨਊ ਗਿਆ ਸੀ। ਸੋ ਬਸ ਹੁਣ ਕਹਿ ਸਕਦੇ ਹਾਂ ਕਿ ਜਹਾਜ਼ ਚੜ੍ਹਨ ਵਾਲਾ ਪੁੱਠੀ ਗਿਣਤੀ ਸ਼ੁਰੂ ਹੈ, ਰਾਕਟ ਚੱਲਣ ਵਾਲਾ ਪੁੱਠੀ ਗਿਣਤੀ ਸ਼ੁਰੂ ਹੈ ਤੇ ਕਾਤਲਾਂ ਦਾ ਸੱਚੀ ਖਬਰ ਦੇਵਾਂਗੇ ਜੀ ਦਰਸ਼ਕਾਂ ਨੂੰ। ਜੋ ਸੱਚ ਹੈ ਅਸੀਂ ਤੇ ਉਹੀ ਸੁਣਾਉਣਾ, ਜਿੰਨਾ ਸੱਚ ਹੈ ਓਨਾ ਹੀ ਸੁਣਾਉਣਾ। ਸਹੀ ਗੱਲ ਹੈ, ਆਪਾਂ ਕੁਛ ਖੂਬ ਪੱਲਿਓ ਲਾ ਕੇ ਗੱਲ ਕਰਨੀ ਨੀ। ਦਰਸ਼ਕਾਂ ਨੇ ਬੜਾ ਕੁਛ ਲਿਖਿਆ, ਕਈਆਂ ਨੇ ਨੈਗੇਟਿਵ ਵੀ ਲਿਖਿਆ, ਅਸੀਂ ਫਿਰ ਵੀ ਕੋਈ ਗਲਤ ਖਬਰ ਬਣਾ ਕੇ ਕਦੇ ਵੀ ਨੀ ਲਾਈ, ਨਾ ਆਪਣੀ ਨੀਅਤ ਹੈ ਨਾ ਆਪਣੀ ਨੇਚਰ ਹੈ। ਆਪਾਂ ਤੇ ਆਪਣੀ ਸਪੇਸ ਤੇ ਚੱਲ ਰਹੇ ਹਾਂ, ਚੱਲਦੇ ਰਹਾਂਗੇ ਔਰ ਜੋ ਵੱਧ ਤੋਂ ਵੱਧ ਸੱਚਾਈ ਹੈ ਉਹ ਪਬਲਿਕ ਦੇ ਸਾਹਮਣੇ ਲੈ ਕੇ ਆਵਾਂਗੇ ਜਿਹੜੇ ਕੰਮ ਨੂੰ ਫੜਿਆ। ਬਾਕੀ ਅਦਾਲਤ ਦੀ ਆਪਣੀ ਮਰਜ਼ੀ ਹੈ ਤੇ ਪ੍ਰੋਸੀਜਰ ਦੀ ਆਪਣੀ ਮਰਜ਼ੀ ਹੈ, ਅਸੀਂ ਤੇ ਆਪਣੀ ਇਮਾਨਦਾਰੀ ਦੀ ਐਫਰਟ ਦੀ ਗੱਲ ਕਰਦੇ ਹਾਂ, ਰਿਜ਼ਲਟ ਕੀ ਆਉਣਾ ਇਹ ਤੇ ਮਾਲਕ ਦੇ ਹੱਥ 'ਚ ਲਿਖਿਆ। ਹਾਂਜੀ, ਕੋਸ਼ਿਸ਼ ਕਰਾਂਗੇ ਵੀ ਹਵਾ ਦੇ ਪੁੱਠੇ ਰੁੱਖ ਤੇ ਅਸੀਂ ਤੁਰਦੇ ਹਾਂ, ਦਿੱਕਤਾਂ ਵੀ ਆਉਂਦੀਆਂ ਹੀ ਹੈ, ਮਹਿਕਮਿਆਂ ਚੋਂ ਕੰਮ ਨਹੀਂ ਹੁੰਦਾ, ਪਰਿਵਾਰ ਵੀ ਕਿਤੇ ਨਾ ਕਿਤੇ ਬਿਜ਼ੀ ਹੋ ਜਾਂਦਾ। ਬਾਕੀ ਇਹ ਦੱਸ ਦਈਏ, ਯਕੀਨ ਦਵਾ ਦਈਏ ਪੂਰੇ ਦਰਸ਼ਕਾਂ ਨੂੰ ਕਿ ਕੁਛ ਵੀ ਅਸੀਂ ਛੱਡਿਆ ਨਹੀਂ ਹੈ, ਭੁੱਲਿਆ ਨਹੀਂ ਹੈ। ਚਾਹੇ ਉਹ ਲਵਪ੍ਰੀਤ ਲਾਡੀ ਵਾਲਾ ਕੇਸ ਹੈ, ਉਹ ਵੀ 2022 ਦੇ ਵਿੱਚ ਬੇਨਤ ਕੌਰ ਆਏਗੀ, ਉਹਦੀ ਪ੍ਰੋਸੀਜਰ ਚੱਲ ਰਿਹਾ। ਲਵਪ੍ਰੀਤ ਲਵੀ ਵਾਲਾ ਕੇਸ ਹੈ, ਅੰਮ੍ਰਿਤਸਰ ਜਿਹੜਾ ਇੱਕ ਮੁੰਡਾ ਚਰਨਜੀਤ ਦਾ ਹਸਬੈਂਡ ਜਿਹਨੂੰ ਕੁੱਟ ਕੁੱਟ ਕੇ ਮਾਰਤਾ ਸੀ ਚਵਾਲ ਪਿੰਡ 'ਚ, ਉਹਦਾ ਵੀ ਕੇਸ, ਉਹਦੀ ਫੋਲੋ ਅਪ, ਉਹਦਾ ਪਰਿਵਾਰ ਵੀ ਮੈਨੂੰ ਹਰ ਵਾਰ ਮਿਲਦਾ, ਉਹਦੀ ਮੰਮੀ, ਉਹਦੀ ਵਾਈਫ, ਉਹਦੀ ਵੱਡੀ ਭੈਣ, ਬਾਕੀ ਪਰਿਵਾਰ ਦੇ ਮੈਂਬਰ ਮਿਲਦੇ ਨੇ। ਸੋ ਜਿੰਨੇ ਵੀ ਕੇਸ ਹੁਣ ਤੱਕ ਫੜੇ ਨੇ ਸਭ ਨਾਲ ਟੱਚ 'ਚ ਆ, ਜਿੱਥੇ ਜਿਸ ਚੀਜ਼ ਦੀ ਲੋੜ ਹੈ ਕਰ ਰਹੇ ਹਾਂ। ਔਰ ਬਸ ਇਹ ਹੈ ਕਿ ਕਦੀ ਗਏ ਅਤੇ SHO ਨੇ ਕਿਹਾ ਤਾ ਜੀ ਮੇਰੀ ਇਲੈਕਸ਼ਨ ਡਿਊਟੀ ਲੱਗੀ ਮੈਂ ਬਾਹਰ ਹਾਂ, ਇਹਦੀ ਕੁਛ ਕਦੀ ਕੁਛ। ਸੋ ਚੱਲ ਰਿਹਾ ਤਿਆਰ ਨਜ਼ਰ ਸਵਲੀ ਚਾਹੀਦੀ ਹੈ, ਕੁਛ ਨਾ ਕੁਛ ਵੱਡਾ ਹੋਏਗਾ ਹੀ ਹੋਏਗਾ। ਅੱਜ ਵਾਸਤੇ ਇੰਨੇ ਰੱਖਦੇ ਹਾਂ ਔਰ ਦਰਸ਼ਕਾਂ ਨੂੰ ਫਿਰ ਅਪੀਲ ਕਰ ਦਿੰਦੇ ਹਾਂ ਸੁਨੀਲ ਮਲਨ ਯੂਟਿਊਬ ਚੈਨਲ ਸਬਸਕ੍ਰਾਈਬ ਕਰ ਛੱਡੋ, ਤੁਹਾਨੂੰ ਬੈਲ ਵੱਜੇਗੀ ਉਸੇ ਵੇਲੇ, ਅਨਲਿਮਿਟਿਡ ਗਿਆਨ ਜੇ ਨਹੀਂ ਕੀਤਾ ਉਹ ਵੀ ਕਰ ਲਓ, ਔਰ ਲੇਟੈਸਟ ਤਾਜ਼ੀ ਅਤੇ ਇੰਸਟੈਂਟ ਖਬਰ ਲਈ ਤਿਆਰ ਰਹੋ, ਕੁਛ ਨਾ ਕੁਛ ਅੱਛਾ ਚੰਗਾ ਗੁਰਦੁਆਰਿਆਂ 'ਚ ਜਾ ਕੇ ਮੰਦਰਾਂ 'ਚ ਜਾ ਕੇ ਅਰਦਾਸ ਕਰੋ ਕਿ ਪਰਮਾਤਮਾ ਜਿਹੜਾ ਵੀ ਡਿਪਾਰਟਮੈਂਟ ਕੰਮ ਕਰ ਰਿਹਾ ਉਹ ਇਮਾਨਦਾਰੀ ਨਾਲ ਉਹਦੇ ਸਦਬੁੱਧੀ ਦੇਈ ਤੇ ਉਹ ਨਿਆਂ ਦੇਣ ਲੱਗਿਆ ਡਰੇ ਨਾ, ਉਹਦੇ 'ਤੇ ਕੋਈ ਪ੍ਰੈਸ਼ਰ ਨਾ ਆਵੇ। ਬਸ ਇਹ ਇਹ ਬਲੀ ਅਰਦਾਸ ਜਾ ਕੇ ਕਰ ਦਿਓ ਅਤੇ ਕੰਮ ਕਰੇਗੀ, ਐਸੀ ਗੱਲ ਨਹੀਂ। ਉੱਥੋਂ ਮੋਗੇ ਤੋਂ ਬਾਬਾ ਜੀ ਗਿਸਕਦੇਵ ਜੀ ਉਹ ਬੜੇ ਸਾਨੂੰ ਫੋਨ ਕਰਕੇ ਹਰ ਵਾਰੀ ਦੱਸਦੇ ਕਿ ਤੁਹਾਡੇ ਲਈ ਅਰਦਾਸਾਂ ਬੇਨਤੀਆਂ ਕਰ ਰਹੇ ਹਾਂ। ਸੋ ਹਰਚਰਨ ਦੇ ਪਰਿਵਾਰ ਨੂੰ ਮਿਲਣ ਵਾਸਤੇ ਪਿੱਛੇ USA ਤੋਂ ਇੱਕ ਫੈਮਿਲੀ ਆਈ ਸੀ, ਕੈਨੇਡਾ ਤੋਂ, ਉੱਥੋਂ UK ਤੋਂ ਆਏ ਸੀ ਮੈਡਮ, ਉਹ ਮਿਲ ਕੇ ਗਏ ਨੇ ਉਸ ਪਰਿਵਾਰ ਨੂੰ, ਜਦਕਿ ਮੇਰੇ ਨਾਲ ਮੁਲਾਕਾਤ ਨਹੀਂ ਹੋ ਸਕੀ ਬਾਈ ਚਾਂਸ, ਮੈਨੂੰ ਪ੍ਰੋਬਲਮ। ਥੈਂਕ ਯੂ ਉਹਨਾਂ ਦਾ ਵੀ ਜੋ ਆਏ ਪਰਿਵਾਰ, ਉਹਨਾਂ ਨੂੰ ਮਿਲ ਕੇ ਗਏ, ਹੌਸਲਾ ਅਫਜਾਈ ਕੀਤੀ ਔਰ ਆਪਣੇ ਦਿਲ ਨੂੰ ਠੰਡ ਪਾਈ ਉਹਨਾਂ ਨੇ। ਸੋ ਅਸੀਂ ਵੀ ਤੁਹਾਨੂੰ ਵਾਅਦਾ ਦਿੰਦੇ ਪਏ ਹਾਂ ਕਿ ਰਿਜ਼ਲਟ ਸਿਰੇ ਦੇ ਜਹਾਜ਼ ਦੀ ਪੂਛ 'ਤੇ ਸਮਝੋ ਅੱਗ ਲਾਤੀ ਹੈ, ਗਿਣਤੀ ਪੁੱਠੀ ਸ਼ੁਰੂ ਹੋ ਗਈ ਹੈ ਔਰ ਉਮੀਦ ਕਰਦਾ ਕਿ ਹੁਣ ਪੁਲਿਸ ਕੁਛ ਕਰਕੇ ਦਿਖਾਏਗੀ, ਜੇ ਫਿਰ ਵੀ ਕੋਈ ਅੜਚਣ ਆਏਗੀ ਤਾਂ ਫਿਰ ਆਪਾਂ ਅਗਲਾ ਸਟੈਪ ਲਵਾਂਗੇ, ਸਟੈਪ 2 ਕਰ ਲਵਾਂਗੇ, ਪਲਾਨ ਬੀ 'ਚ ਚੱਲ ਪਾਂਗੇ। ਸੋ ਹੁਣ ਤੱਕ ਦੀ ਖਬਰ ਇਹੋ ਸੀ ਕਿ ਦੋਨੋਂ ਮੈਡੀਕਲ ਰਿਪੋਰਟਾਂ ਦੇ ਉੱਤੇ ਪ੍ਰੋਪਰ ਕਾਰਵਾਈ ਸ਼ੁਰੂ ਹੋ ਗਈ ਹੈ, ਜਿਹੜੀ ਗਲਤ ਰਿਪੋਰਟ ਬਣਾਈ ਸੀ CMO ਦਫ਼ਤਰ ਦੇ ਬੰਦਿਆਂ ਨੇ, PLP ਨੇ, ਉਹਨਾਂ ਦੇ ਉੱਤੇ ਵੀ ਬੋਰਡ ਬਣ ਗਿਆ ਅਤੇ ਜਿਹੜੀ ਉਹਨਾਂ ਨੇ ਗਲਤ ਰਿਪੋਰਟ ਬਣਾਈ ਸੀ ਜਿਹਦੇ ਕਰਕੇ ਉਹ ਕਹਿੰਦੇ ਸੀ ਕਰੰਟ ਲੱਗਾ ਜਾਂ ਮਰਡਰ ਨਹੀਂ ਹੈ, ਉਹ ਵਾਲੀ ਰਿਪੋਰਟ ਵੀ ਪਹੁੰਚ ਗਈ ਹੈ ਆਪਣੇ ਟਿਕਾਣੇ 'ਤੇ, ਜਾਂ ਇੱਕ ਅੱਧੇ ਦਿਨ 'ਚ ਪੇਪਰ ਵਰਕ ਤੋਂ ਕੁਛ ਨਾ ਕੁਛ ਹੋਏਗਾ। ਸੋ ਲੈਟ ਅਸ ਸੀ, ਕਤਲ ਨਹੀਂ ਬਚਦੇ, ਚਾਹੇ ਉਹ ਜਿਹੜੇ ਮਰਜ਼ੀ ਦੁਨੀਆਂ ਦੇ ਕੋਨੇ 'ਤੇ ਬਹਿ ਜਾਣ,
ਬਾਕੀ ਜਾਂਦੇ ਜਾਂਦੇ ਜਿਹੜੇ ਕੁਛ ਗਲਤ ਸੋਚਦੇ ਨੇ ਜਾਂ ਜਿਹੜੇ ਦਿਲ ਚ ਜ਼ਿਆਦਾ ਕਾਹਲੀ ਪੈਂਦੀ ਉਹਨੂੰ ਦੱਸਣਾ ਚਾਹੁੰਦੇ ਹਾਂ ਕਿ ਜਿਹੜਾ ਹਰਚਰਨ ਦਾ ਪਰਿਵਾਰ ਆ ਉਹਨਾਂ ਤੋਂ ਉੱਪਰ ਵਿਸ਼ਵਾਸ ਕਿਸੇ ਦਾ ਨਹੀਂ ਹੋ ਸਕਦਾ ਕਿਉਂਕਿ ਉਹਨਾਂ ਨੂੰ ਸਭ ਕੁਛ ਪਤਾ ਕਿਵੇਂ ਕਾਰਵਾਈ ਹੋ ਰਹੀ ਹੈ, ਵਕੀਲ ਸਾਹਿਬ ਕਿਵੇਂ ਤਨ ਮਨ ਧਨ ਨਾਲ ਲੱਗੇ ਹੋਏ ਨੇ। ਸੋ ਜਿਹਨਾਂ ਦਾ ਫਿਰ ਵੀ ਮਨ ਡੋਲਦਾ ਉਹ ਹਰਚਰਨ ਦੇ ਪਰਿਵਾਰ ਤੋਂ ਵੈਰੀਫਾਈ ਕਰ ਸਕਦੇ ਨੇ, ਤੇ ਫਿਰ ਵੀ ਵੈਸੇ ਤਾਂ ਜਿਵੇਂ ਵਕੀਲ ਸਾਹਿਬ ਕਹਿੰਦੇ ਨੇ ਉਹਨਾਂ ਕਿਉਂਕਿ ਜਿਹਨਾਂ ਨੂੰ ਪਤਾ ਜਿਹੜੇ ਸਮਝਦਾਰ ਨੇ ਸਰੋਤੇ ਸਮਝਦੇ ਨੇ ਕਿ ਸਮਾਂ ਲੱਗਦਾ, ਪਰ ਜਿਵੇਂ ਵਕੀਲ ਸਾਹਿਬ ਨੇ ਦੱਸਿਆ ਹੀ ਹੈ ਕਿ ਜਲਦੀ ਵੱਡੀ ਖਬਰ ਵੀ ਮਿਲਣ ਵਾਲੀ ਹੈ। ਹੁਣ ਜਿਹਨਾਂ ਦਾ ਮਨ ਡੋਲਦਾ ਉਹਨਾਂ ਨੂੰ ਡੋਲਣ ਦਿਓ, ਉਹਨਾਂ ਨੇ ਉਹਨਾਂ ਦਾ ਠੀਕ ਨਹੀਂ ਹੋ ਸਕਦਾ। ਇੱਕ ਗੱਲ ਦੱਸਦੇ ਹਾਂ ਜਿਵੇਂ ਬੜੀ ਕੰਮ ਦੀ ਗੱਲ ਦੱਸਦਾ, ਜਦੋਂ ਤੁਸੀਂ ਕਿਸੇ ਤੇ ਵਿਸ਼ਵਾਸ ਕਰ ਲਓ ਤੇ ਵਿਸ਼ਵਾਸ ਉਹਦੇ ਤੇ ਰੱਬ ਵਰਗਾ ਕਰ ਲਓ, ਤੁਹਾਡੇ ਆਤਮਾ ਚੋਂ ਕੋਈ ਇਹੋ ਜਿਹੀਆਂ ਵਾਈਬ੍ਰੇਸ਼ਨ ਨਿਕਲਣਗੀਆਂ ਕਿ ਉਹਨੂੰ ਚੰਗਾ ਕੰਮ ਕਰਨ ਲਈ ਮਜਬੂਰ ਕਰ ਦੇਣਗੀਆਂ। ਸਹੀ ਗੱਲ ਹੈ, ਇਹ ਪ੍ਰਮਾਤਮਾ ਦੀ ਦੇਣ ਹੈ। ਤੇ ਜਦੋਂ ਤੁਸੀਂ ਸ਼ੱਕ ਕਰਦੇ ਹੋ ਆਪਣੀ ਘਰ ਦੀ ਗੱਡੀ ਤੇ ਸ਼ੱਕ ਕਰ ਲੋਗੇ, ਫਿਰ ਜਦੋਂ ਤੁਹਾਨੂੰ ਐਗਜ਼ਾਮਪਲ ਦਿੰਦਾ ਘਰੋਂ ਤੁਰ ਲੱਗੇ ਆਪਣੇ ਸਾਈਕਲ ਤੇ ਸ਼ੱਕ ਕਰ ਲੋ ਕਿ ਮੈਨੂੰ ਪੁਛਾਏਗਾ ਕਿ ਨਹੀਂ ਪੁਛਾਏਗਾ ਟਿਕਾਣੇ ਸ਼ੱਕ, ਰਸਤੇ ਚੋਂ ਪੈਂਚਰ ਹੋ ਜਾਏਗਾ, ਪੈਂਚਰ ਹੋ ਜਾਏਗਾ, ਕਿਤੇ ਵੱਜ ਜਾਏਗਾ, ਕਿਤੇ ਡਿੱਗ ਪੋਗੇ। ਇਹ ਗੱਲ ਦੱਸ ਦੇਣਾ ਤੁਹਾਨੂੰ, ਜਦੋਂ ਤੁਸੀਂ ਵਿਸ਼ਵਾਸ ਕਰਦੇ ਹੋ ਨਾ, ਦੇਖੋ ਵਿਸ਼ਵਾਸ ਜੇ ਉਸ ਪਰਿਵਾਰ ਨੇ ਮੇਰੇ ਤੇ ਕੀਤਾ ਤੇ ਮੈਂ ਵੀ ਉਹਨਾਂ ਤੇ ਕੀਤਾ, ਨਹੀਂ ਤਾਂ ਬੱਚੇ ਸਾਡੇ ਲਈ ਬਿਲਕੁਲ ਓਪਨ ਅਣਜਾਣ ਬੰਦੇ, ਬਗਾਨਾ ਸ਼ਹਿਰ, ਅਸੀਂ ਉਹਨਾਂ ਦੇ ਘਰ ਵੀ ਰਹਿ ਕੇ ਆਏ ਹਾਂ ਤੇ ਘਰ ਵੀ ਉਹਨਾਂ ਨੇ ਸਾਨੂੰ ਬੱਚਿਆਂ ਵਾਂਗੂ, ਭਰਾਵਾਂ ਵਾਂਗੂ, ਪੁੱਤਰਾਂ ਵਾਂਗੂ, ਜਿੱਦਾਂ ਘਰਦੇ ਈਵਨ ਘਰ ਚ ਕੁੜੀਆਂ ਵੀ ਸੀ, ਲੇਡੀਜ ਸੀ, ਉਹਨਾਂ ਨੇ ਵੀ ਭਰਾਵਾਂ ਵਾਂਗੂ ਜੱਫੀ ਪਾ ਕੇ ਤੋਰਿਆ ਸਾਨੂੰ ਕਿ ਚਲੋ ਸ਼ੁਕਰ ਹੈ ਸਾਡੇ ਘਰ ਆਏ ਤੁਸੀਂ। ਸਹੀ ਗੱਲ ਹੈ। ਸੋ ਈਵਨ ਜਿਹੜੇ ਆਪਾਂ ਮਾਸੜ ਜੀ ਘਰ ਠਹਿਰੇ ਹਾਂ, ਉਹਨਾਂ ਦੇ ਮਿਸਿਸ ਦੀਆਂ ਗੋਡੇ ਗੋਡੇ ਖਰਾਬ ਸੀ, ਰੋਟੀ ਨਹੀਂ ਸੀ ਬਣਾ ਪਾਉਂਦੇ, ਉਹਨਾਂ ਨੇ ਆਪਣੀ ਬੇਟੀ ਨੂੰ ਸੱਦਿਆ, ਉਹ ਆਪਣਾ ਘਰ ਛੱਡ ਕੇ ਸਾਡੇ ਲਈ 4 ਦਿਨ ਉੱਥੇ ਰਹੀ, ਜਿਹਨੇ ਸਾਨੂੰ ਰੋਟੀਆਂ ਬਣਾ ਕੇ ਪਈਆਂ, ਚਾਹ ਰਾਤ ਨੂੰ ਵੀ ਆਵਾਜ਼ ਦਿੰਦੇ ਸੀ ਗੁੜੀਆ ਚਾਹ ਚਾਹੀਦੀ ਯਾਰ, ਵੀ ਲਓ ਭਾਜੀ ਹੁਣੇ ਆਈ, ਹੱਸ ਕੇ ਪਰਿਵਾਰਿਕ ਪਿਆਰ ਮਿਲਿਆ ਸਾਨੂੰ, ਰਿਸਪੈਕਟ ਮਿਲੀ ਹੈ, ਇੱਜ਼ਤ ਮਿਲੀ ਹੈ, ਅਸੀਂ ਸ਼ੁਕਰ ਗੁਜ਼ਾਰ ਹਾਂ ਉਹਨਾਂ ਦੇ, ਮਾਸੜ ਜੀ ਦੇ ਵੀ, ਗੁਰਮੀਤ ਭਾਜੀ ਦੇ, ਬਿੱਟੂ ਭਾਜੀ ਦੇ, ਸਾਰਾ ਪਰਿਵਾਰ ਹੈ, ਉਹਨਾਂ ਨੇ ਪੂਰਾ ਮਿਲ ਕੇ ਸਾਥ ਦਿੱਤਾ, ਔਰ ਬਾਕੀ ਵੀ ਜਿਹੜੇ ਪਿੰਡ ਦੇ ਲੋਕ ਨੇ। ਸੋ ਮੇਰੀ ਰਿਕੁਐਸਟ ਹੈ ਸਾਰਿਆਂ ਵਾਸਤੇ ਕਿ ਸੱਚਾਈ ਦਾ ਸਾਥ ਦਿਓ, ਸੱਚਾਈ ਵਾਸਤੇ ਅਰਦਾਸਾਂ ਕਰੋ, ਔਰ ਤੁਹਾਨੂੰ ਰਿਜ਼ਲਟ ਮਿਲ ਜਾਣੇ ਆ, ਬਹੁਤ ਜਲਦੀ ਮਿਲ ਜਾਣੇ। ਆਪਾਂ ਕਿਸੇ 'ਤੇ ਦੋਖੀ ਨਹੀਂ, ਬਟ ਘੱਟੋ ਘੱਟ ਜਿਹਨੇ ਪਾਪ ਕੀਤਾ ਉਹਨੂੰ ਛੱਡਣਾ ਵੀ ਨਹੀਂ, ਜੇ ਉਹਨੂੰ ਛੱਡਾਂਗੇ ਤਾਂ ਅਸੀਂ ਵੀ ਕਮਜ਼ੋਰ ਹਾਂ, ਅਸੀਂ ਵੀ ਕਿਤੇ ਨਾ ਕਿਤੇ ਗਲਤ ਹੋ ਸਕਦੇ ਹਾਂ, ਤਾਂ ਇਸ ਕਰਕੇ ਆਪਾਂ ਗਲਤੀ ਨਹੀਂ ਕੀਤੀ, ਆਪਾਂ ਗਲਤ ਕੰਮ ਬਰਦਾਸ਼ਤ ਨਹੀਂ ਕਰਨਾ। ਯਾਦ ਰੱਖੋ ਮੇਰੀ ਗੱਲ, ਤਕੜੇ ਹੋ ਜਾਓ, ਅਲਰਟ ਹੋ ਜਾਓ, ਆ ਰਿਹਾ ਮੈਂ ਵਾਪਸ ਫਿਰ ਪੀੜੀ ਪੀੜੀ। ਸਤਿ ਸ਼੍ਰੀ ਅਕਾਲ ਸਾਰਿਆਂ, ਸਤਿ ਸ਼੍ਰੀ ਅਕਾਲ।